परमजीत सिंह सहोली जो कौमी प्रधान ने अकाली दल सुतंत्र दे साडे नाल लाइन दे उत्ते जुड़ चुके ने ते आपां गल करदे आं। भाई साहब वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह जी। भाई साहब जी सब तो पहला आप वड्डी गल जिहड़ी अज साडे चर्चा का विशा बनी हुई है सिख सफा दे विच भाई ध्यान सिंह मंड वालों इकबाल पटने वाले नूं पंथ दे विचों शेक देना की रिएक्शन है तुहाडे वालों ये जानना चाहुंदे आ। सरबत खालसा वालों थापे गए जथेदार जी कार्यकारी सिंह साहब भाई ध्यान सिंह जी मंड ने हाँ जी जेडे के पिछले दिन जदों जन्म भूमि अयोध्या च राम मंदिर का नींह पत्थर रखण दे समय बिलकुल उस पर जेडे रह चुके जथेदार ज्ञानी इकबाल सिंह जी 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 उन्हां वालों जो विवादित बयान देश दे प्रधानमंत्री नरेंद्र मोदी जी नूं ते साढ़े हिंदू भरावां नूं खुश करन दे लई दित्ता गया सी जी जी उहदा सिख कौम च समुचे जिथे जिथे भी कौम दे बैठे ने हमदर्द उहनां दे मन च बहुत वड्डा रोस सी जी। सिंह साहब ने पिछले दिन ही आके श्री अकाल तख्त साहब ते आवाज मारी जथेबंदियां वाले जिहड़े सिंह साहब नूं सरबत खालसा नूं जथेदार मानदे ने ओह आए सी जी उदों पंज पंज सिंह नाल तैयार करके श्री अकाल तख्त साहब ते गुरमता करके जी उदों इहनां नूं 15 दिन दा टाइम दे के जी इहनां ने स्पष्ट करिया सी के क्लीयर करो जी तुसीं सिंह साहब रह चुके हो लंबा टाइम बिलकुल तुसीं किहो जिहियां गल्लां ਕਿਉਂ ਕਰਦੇ ਹੋ ਜੀ ਅਕਤਾ ਜਿਹਦੇ ਨਾਲ ਕੌਮ ਦੇ ਹਿਰਦੇ ਬਲੂੰਦਰੇ ਜਾਂਦੇ ਨੇ ਕਿ ਤੁਹਾਨੂੰ 20 ਤਰੀਕ ਤੱਕ ਦਾ ਇਕਬਾਲ ਸਿੰਘ ਨੂੰ ਟਾਈਮ ਦਿੱਤਾ ਕਿ ਤੁਸੀਂ ਆਓ ਆ ਕੇ ਆਪਣਾ ਸਪਸ਼ਟੀਕਰਨ ਦੇ ਕੇ ਆਪਣੇ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਅਕਾਲ ਤਖ਼ਤ ਸਾਹਿਬ ਦੇ ਦੁਬਾਰਾ ਆਏ ਨਾਲ ਉਸੇ ਤਰ੍ਹਾਂ ਜੋ ਰੀਤ ਹੈ ਮਰਿਆਦਾ ਹੈ ਉਸ ਮੁਤਾਬਕ ਪੰਜ ਸਿੰਘ ਨਾਲ ਤਿਆਰ ਕਰਕੇ ਵਿਚਾਰ ਕਰੀਏ ਅਕਾਲ ਤਖ਼ਤ ਸਾਹਿਬ ਤੇ ਜੀ ਤੇ ਫੇਰ ਉਹ ਤੋਂ ਬਾਅਦ ਪ੍ਰੈਸ ਦੇ ਵਿੱਚ ਸਾਰਿਆਂ ਦੇ ਸਾਹਮਣੇ ਸਪਸ਼ਟ ਕਰਿਆ ਕਿ ਅੱਜ ਤੋਂ ਬਾਅਦ ਇਹਨੂੰ ਅੱਜ ਤੋਂ ਬਾਅਦ ਨਾ ਸਿੰਘ ਦਾ ਸ਼ਬਦ ਨਾ ਗਿਆਨੀ ਦਾ ਜੀ ਨਾ ਕੋਈ ਹੋਰ ਜਿਹੜਾ ਸਿੱਖ ਧਰਮ ਨਾਲ ਸੰਬੰਧਿਤ ਸ਼ਬਦ ਨੇ ਵੀ ਉਹ ਵਰਤ ਕੇ ਨਹੀਂ ਅੱਜ ਤੋਂ ਬਾਅਦ ਇਹ ਕੱਲਾ ਅਕਵਾਲ ਅਸੀਂ ਇਹ ਹੰਕਾਰ ਚ ਆ ਕੇ ਇਹਨੇ ਅੱਜ ਸਪਸ਼ਟੀਕਰਨ ਨਹੀਂ ਦਿੱਤਾ ਇਸ ਕਰਕੇ ਇਹਨੂੰ ਪੰਥ ਚੋਂ ਬਾਹਰ ਦਾ ਰਸਤਾ ਦਿਖਾਉਂਦੇ ਆ ਅੱਜ ਤੋਂ ਬਾਅਦ ਇਹਦੇ ਰਸਤੇ ਖੁੱਲੇ ਨੇ ਜੇ ਮਰਜ਼ੀ ਧਰਮ ਨੂੰ ਅਪਣਾਵੇ ਜਿਹਦੇ ਮਰਜ਼ੀ ਗੁਣ ਗਾਇਨ ਕਰੇ ਇਸ ਕਰਕੇ ਸਿੰਘ ਸਹਿਬਾਨ ਨੇ ਅੱਜ ਇਹ ਫੈਸਲਾ ਲਿਆ। ਭਾਈ ਸਾਹਿਬ ਹੁਣੇ ਸਾਡੀ ਗੱਲ ਹੋ ਕੇ ਹਟੀ ਹੈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੋਰਾਂ ਨਾਲ ਉਹਨਾਂ ਨੂੰ ਵੀ ਸਰਬੱਤ ਖਾਲਸਾ ਨੇ ਹੀ ਜਥੇਦਾਰ ਚੁਣਿਆ ਸੀ ਉਹ ਇਸ ਗੱਲ ਨੂੰ ਜਿਹੜਾ ਉਹ ਹੱਕ ਦੇ ਵਿੱਚ ਨਹੀਂ ਹੈ ਉਹ ਕਹਿੰਦੇ ਕਿ ਮੈਂ ਇਸ ਹੱਕ 'ਚ ਨਹੀਂ ਕਿ ਜੋ ਜਥੇਦਾਰ ਸਾਹਿਬ ਮੰਡ ਸਾਹਿਬ ਨੇ ਜਿਹੜਾ ਇਹ ਕੰਮ ਕੀਤਾ ਮੈਂ ਉਹਦੇ ਹੱਕ 'ਚ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਕਬਾਲ ਸਿੰਘ ਪਟਨੇ ਵਾਲੇ ਨੂੰ ਪੰਥ 'ਚੋਂ ਛੇਕਣ ਦੇ ਵੀ ਮੈਂ ਹੱਕ ਦੇ ਵਿੱਚ ਨਹੀਂ ਹਾਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ। ਸਿੰਘ ਸਾਹਿਬ ਬਾਬਾ ਬਲਜੀਤ ਸਿੰਘ ਦਾਦੂਵਾਲ ਹਾਂਜੀ ਤੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਸਰਬੱਤ ਖਾਲਸੇ ਚ ਬਣਾਏ ਜੀ ਬਾਬਾ ਦਾਦੂਵਾਲ ਜੀ ਵੀ ਉਸੇ ਸਰਬੱਤ ਖਾਲਸੇ ਚ ਬਣਾਏ ਤੇ ਸਿੰਘ ਸਾਹਿਬ ਅਜਨਾਲਾ ਜੀ ਵੀ ਉੱਥੇ ਹੀ ਬਣਾਏ ਸਾਡੀਆਂ ਸਾਰੀਆਂ ਸਮੁੱਚੀਆਂ ਸੰਪਰਦਾਵਾਂ ਨੇ ਜੀ ਬਿਲਕੁਲ ਪਰ ਇਹਨਾਂ ਦਾ ਆਪ ਚ ਕੀ ਮਾੜਾ ਮੋਟਾ ਕੋਈ ਅੰਦਰੂਨੀ ਮਾਮਲੇ ਨੇ ਇਹ ਇਹਨਾਂ ਨੇ ਬਹਿ ਕੇ ਜਦੋਂ ਵਿਚਾਰਨੇ ਨੇ ਉਹ ਇਹਨਾਂ ਨੂੰ ਟਾਈਮ ਖੁੱਲਾ ਹੈ ਵਿਚਾਰਦੇ ਰਹਿਣ ਪਰ ਜਿਹੜਾ ਅੱਜ ਸਮਾਂ ਮੰਗ ਕਰ ਰਿਹਾ ਸੀ ਕੌਮ ਦੇਖ ਰਹੀ ਸੀ ਇੱਕ ਬੰਨੇ ਦਾ ਜਿਹੜਾ ਕਾਗਜ਼ ਬੈਠੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਤੇ ਜਿਹੜੇ ਕਿ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੀ ਭਾਈ ਵਾਲੀ ਜੱਗ ਜਾਹਰ ਹੈ ਭਾਜਪਾ ਨਾਲ ਦਿੱਲੀ ਚ ਉਹਨਾਂ ਤੋਂ ਡਰਦੇ ਮਾਰੇ ਜਾਂ ਕੀ ਕਾਰਨ ਹੈ ਕਿ ਜਵਾਨ ਬੰਦ ਕਰੀ ਬੈਠੇ ਨੇ ਉਦੋਂ ਕੌਮ ਫੋਨ ਕਰ ਕਰਕੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੂੰ ਇਹਨਾਂ ਜਥੇਦਾਰਾਂ ਨੂੰ ਕਹਿੰਦੀ ਰਹੀ ਆ ਕਿ ਤੁਸੀਂ ਵੀ ਕਿਉਂ ਚੁੱਪ ਰਹਿਣਾ ਹੈ ਤੁਸੀਂ ਤਾਂ ਕੌਮ ਦਾ ਭਾਗ ਦਾ ਮੁੱਦਾ ਕੌਮ ਦੇ ਵਿੱਚ ਸਿੱਧਾ ਆਰਐਸਐਸ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਦਾਖਲਤਾ ਜੀ ਹਰੇਕ ਕੰਮ ਚ ਕਰਦੀ ਆ ਲੱਗੀ ਹੋਈ ਆ ਕੋਈ ਨਾ ਕੋਈ ਤੁਸੀਂ ਹੰਭਲ ਮਾਰੋ ਉਸ ਇਹ ਮੌਕੇ ਨੂੰ ਸਾਂਭਦੇ ਹੋਏ ਕਿ ਸਾਨੂੰ ਵੀ ਲੋਕ ਬਾਲਕਿਆਂ ਦੀ ਲਾਈਨ 'ਚ ਨਾ ਖੜਾ ਕਰ ਲੈਣ ਉਸ ਕਰਕੇ ਸਾਨੂੰ ਮੌਕੇ ਤੇ ਜਿਹੋ ਜਿਹਾ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੂੰ ਗੁਰੂ ਨੇ ਕਿਰਪਾ ਦੇ ਨਾਲ ਜਿਹੋ ਜਿਹਾ ਰਸਤਾ ਦੇਖਿਆ ਉਹਨਾਂ ਨੇ ਅਪਣਾ ਕੇ ਕੌਮ ਨੂੰ ਅੱਜ ਦੁਬਾਰਾ ਖੜਾ ਕਰਤਾ ਕਿ ਨਹੀਂ ਬਈ
सारे कौम च एहो जे नहीं होंगे कि चुप करके बह जान के सरकारां तों डरदे कौम दे बब्बर शेर जिहड़े होंगे ने समय समय से कौम नूं सेध दिंदे रहिंदे ने। ठीक है ठीक है ठीक है, थोड़ा बहुत बहुत धन्यवाद करते हैं, तुसी साडे नाल जुड़े हो, अपने विचार सांझे करके चले हो, बहुत धन्यवाद, फिर तो आप जी नाल जुड़ांगे आने वाले समय दे विच। फतेह दी सांझ पाउंदे आ जी, वाहिगुरु जी का खालसा, वाहिगुरु जी की फतेह। वाहिगुरु जी की फतेह जी। अकाल चैनल नूं सबस्क्राइब करो, नवी वीडियोस दी नोटिफिकेशन दे लई बैल आइकन नूं क्लिक करना ना भुलना।